ਜੋ ਦਿਹਾੜਾ ਹੈ ਜਿਸ ਦਿਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਗੰਮੀ ਜੋਤ ਦੇ 7ਵੇਂ ਵਾਰਸ਼ ਗੁਰੂ ਹਰ राय ਸਾਹਿਬ ਜੀ ਦਾ ਪ੍ਰਕਾਸ਼ ਹੋਇਆ 17 ਦੀਨ ਦੁਨੀਆ ਦੇ ਮਾਲਕ ਖੁਦ ਖੁਦਾ ਜੋ ਸਦੀ ਦੇ ਵਿੱਚ ਪੈਦਾ ਹੋਏ 1687 ਬਿਕਰਮੀ ਸੰਮਤ ਮਾਘ ਸੁਦੀ 14ਸ ਛੱਟੰ ਪੀਰ ਬੈਠਾ ਗੁਰਪਾਰੀ ਗੁਰੂ ਹਰਗੋਬਿੰਦ ਸਾਹਿਬ ਦੇ ਲਖਤੇ ਜਿਗਰ ਬਾਬਾ ਗੁਰਦਤਾ ਜੀ ਦੀ ਗੋਦ ਵਿੱਚ ਖੇਡੇ ਮਾਤਾ ਨਿਹਾਲ ਕੌਰ ਦੀ ਜੇ ਹਿਰਦੇ ਚੋਂ ਪ੍ਰਗਟ ਹੋਏ ਐਸੇ ਗੁਰੂ ਪਾਤਸ਼ਾਹ ਜਿਨ੍ਹਾਂ ਬਾਬਤ ਇੱਕ ਸ਼ੇਰ ਭਾਈ ਨੰਦ ਲਾਲ ਨੇ ਲਿਖਿਆ ਫਿਆਸੁਦ ਦਾਰੈਨ ਗੁਰੂ ਕਰਤਾ ਹਰ ਰਾਏ ਸਰਵਰੇ ਕਉਨੈਨ ਗੁਰੂ ਕਰਤਾ ਹਰ ਰਾਏ ਗੁਰੂ ਹਰ राय ਸਾਹਿਬ ਸੱਚੇ ਪਾਤਸ਼ਾਹ ਫਯਾਜ਼ੁਦ ਦਾ ਮਤਲਬ ਹੈ ਝੋਲੀਆਂ ਭਰਨ ਵਾਲੇ ਨੇ। ਔਰ ਅੱਜ ਦੇ ਦਿਨ ਆਪ ਸੰਗਤਾਂ ਦੀ ਬਾਬਾ ਜੋਤਿੰਦਰ ਸਿੰਘ ਹੁਣਾ ਦੀ ਇਲਾਕੇ ਦੀ ਝੋਲੀ ਮਹਾਰਾਜ ਨੇ ਭਰੀ ਹੈ ਜੋ ਇਹ ਸਾਨੂੰ ਵਿਦਿਆ ਦਾ ਮਹਾਨ ਕੇਂਦਰ ਬਖਸ਼ਿਸ਼ ਕੀਤਾ ਹੈ। ਇਹ ਗੁਰੂ ਹਰ राय ਸਾਹਿਬ ਦੀ ਕਿਰਪਾ ਹੈ। ਕਹਿੰਦੇ ਦੁਹਾਂ ਜਹਾਨਾ ਵਿੱਚ ਉਹ দান ਦੇਣ ਵਾਲੇ ਨੇ। ਸਰਵਰੇ ਤੋਂ ਭਾਵ ਹੈ ਦੋਹਾਂ ਜਹਾਨਾਂ ਦੇ ਉਹ ਮਾਲਕ ਨੇ ਕਉ ਨਾਇਨ ਦੋਹਾਂ ਜਹਾਨਾਂ ਦੇ ਉਹ ਮਾਲਕ ਨੇ ਖੁਦ ਖੁਦਾ ਗੁਰੂ ਹਰ राय ਸਾਹਿਬ ਵਡਿਆਈ ਵੱਲ ਤੁਰਿਏ ਤੇ ਬਾਣੀ ਕਹਿੰਦੀ ਹੈ ਗੁਰ ਕੀ ਮਹਿਮਾ ਕਿਆ ਕਹਾ ਗੁਰ ਬਵੇਕ ਸਤ ਸਰ ਉਹ ਆਦਿ ਜੁਗਾਦੀ ਜੁਗਹ ਜੁਗ ਪੂਰਾ ਪਰਮੇਸ਼ਰ ਐਸੇ ਗੁਰੂ ਹਰ राय ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੇ ਉੱਪਰ ਵਿਸ਼ੇਸ਼ ਦੋ ਰੋਜ਼ਾ ਗੁਰਮਤ ਸਮਾਗਮ ਇਸ ਸਕੂਲ ਦੀ ਨਵੀਂ ਇਮਾਰਤ ਦੇ ਉਦਘਾਟਨ ਦੇ ਤਹਿਤ ਮਹਾਪੁਰਸ਼ਾਂ ਨੇ ਉਲੀਕਿਆ ਇਹਨਾਂ ਦੋ ਰੋਜ਼ਾ ਸਮਾਗਮਾਂ ਵਿੱਚ ਸਿੱਖ ਜਗਤ ਦੀਆਂ ਸਮੂਹੀ ਸੰਪਰਦਾਵਾਂ ਚਾਹੇ ਉਹ ਦਮਦਮੀ ਟਕਸਾਲ ਹੈ ਨਿਹੰਗ ਸਿੰਘ ਜਥੇਬੰਦੀਆਂ ਨੇ ਕਾਰ ਸੇਵਾ ਵਾਲੇ ਨੇ ਨਿਰਮਲੇ ਉਦਾਸੀਨ ਨੇ ਸਭਨਾ ਨੇ ਸ਼ਿਰਕਤ ਕੀਤੀ ਔਰ ਪੰਥ ਦੇ ਮਹਾਨ ਢਾਡੀ ਉਸ ਵੀਰ ਅਸੀਂ ਟਾਡੀ ਕਲਾ ਨੂੰ ਫਿਰ ਸੁਰਜੀਤ ਕਰਨ ਵਾਲੇ ਜੈਸੀ ਕਲਾ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਪ੍ਰਗਟ ਹੋਈ ਗੁਰੂ ਕੀ ਕਿਰਪਾ ਦੇ ਸਦਕਾ 나ੜਾਂ ਵਿੱਚ ਜੰਮਿਆ ਲਹੂ ਸ਼ਹੀਦਾਂ ਦੀਆਂ ਵਾਰਾਂ ਸੂਰ ਬੀਰਾਂ ਦੀਆਂ ਵਾਰਾਂ ਸੁਣਾ ਕੇ ਪਿਘਲਾਉਣ ਵਾਲੇ ਗਿਆਨੀ ترسیમ ਸਿੰਘ ਜੀ ਮੋਹਰਾਂ ਵਾਲੀ ਉਹ ਵੀ ਹਾਜ਼ਰੀਨ ਨੇ ਉਹਨਾਂ ਹਾਜ਼ਰੀਆਂ ਭਰਨੀਆਂ ਨੇ ਆਓ ਇਸ ਸਕੂਲ ਦੇ ਨਾਮ ਵੱਲ ਥੋੜਾ ਜਿਹਾ ਧਿਆਨ ਦਿਈਏ ਸ੍ਰੀ ਦਸ਼ਮੇਸ਼ ਜੋਤ ਸਕੂਲ ਦਸ਼ਮੇਸ਼ ਦੀ ਜੋਤ ਰੂਹੇ ਜ਼ਮੀਨ ਅੰਦਰ ਹਰ ਜ਼ਰੇ ਦੇ ਵਿੱਚ ਵਸੀ ਹੋਈ ਹੈ ਉਹ ਜੋਤ ਸਰੂਪ ਬਾਣੀ ਕਹਿੰਦੀ ਹੈ ਜੋਤ ਰੂਪ ਹਰ ਆਪ ਗੁਰਨਾਨਕ ਕਹਾਇਓ ਉਹ ਜਾਮਾ ਬਦਲ ਕੇ ਗੁਰੂ ਗੋਬਿੰਦ ਸਿੰਘ ਬਣੇ ਗੁਰਨਾਨਕ ਸਾਹਿਬ ਤੇ ਭਾਈ ਨੰਦ ਲਾਲ ਨੂੰ ਕਿਸੇ ਨੇ ਪੁੱਛਿਆ ਵੀ ਇਹ ਜੋ ਲੋਕ ਤੁਰ ਫਿਰ ਰਹੇ ਨੇ ਇਹਨਾਂ ਦੀ ਨਦਰ ਜੋ ਵੇਖਦੀ ਹੈ ਇਹ ਜੋ ਚਮਕਾ ਰਾ ਹੈ ਇਹ ਸੂਰਜ ਚੰਦ ਜੋ జగ ਦੇ ਪਏ ਨੇ ਕਿਸ ਦੀ ਬਦੌਲਤ ਹੈ ਤੇ ਉਸ ਮਹਾਪੁਰਸ਼ ਦੇ ਬੋਲ ਸਨ ਰੂਹ ਦਰਹਰ ਜਿਸਮ ਗੁਰਗੋਬਿੰਦ ਸਿੰਘ ਨੂਰ ਦਰਹਰ ਚਸ਼ਮ ਗੁਰਗੋਬਿੰਦ ਸਿੰਘ ਜਿਤਨੇ ਵੀ ਲੋਕ ਨੇ ਹਰ ਇੱਕ ਦੇ ਵਿੱਚ ਜੋ ਰੂਹ ਹੈ ਉਹ ਗੁਰੂ ਗੋਬਿੰਦ ਸਿੰਘ ਦੀ ਹੈ ਉਹਦੇ ਨਿਰਗੁਣ ਸਰੂਪ ਦੀ ਹੈ ਜਿੰਨੀਆਂ ਅੱਖਾਂ ਵੇਖ ਰਹੀਆਂ ਨੇ ਹਰ ਨੇਤਰਾਂ ਦੇ ਵਿੱਚ ਇਹ ਜਿਹੜੀ ਜੋਤ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਹੈ ਸੋ ਐਸਾ ਪਾਕ ਨਾਮ ਸਕੂਲ ਦਾ ਰੱਖਿਆ ਗਿਆ ਹੈ ਸ਼੍ਰੀ ਦਸ਼ਮੇਸ਼ ਜੋਤ ਸਕੂਲ ਇੰਗਲਿਸ਼ మీడియం ਸਕੂਲ ਹੈ ਇਹ ਨਵੀਂ ਇਮਾਰਤ ਬਣਾ ਕੇ ਬੱਚਿਆਂ ਨੂੰ ਦੁਨਿਆਵੀ ਵਿਦਿਆ ਸਿਖਾਉਣ ਦਾ ਮਹਾਨ ਉਪਰਾਲਾ ਜਥੇਦਾਰ ਜੀ ਹੁਣਾ ਵੱਲੋਂ ਕੀਤਾ ਗਿਆ ਹੈ ਔਰ ਨਾਲ ਨਾਲ ਇਸ ਗੱਲ ਦਾ ਧਿਆਨ ਰੱਖਿਓ ਦੁਨਿਆਵੀ ਵਿਦਿਆ ਦੇ ਨਾਲ ਨਾਲ ਬ੍ਰਹਮ ਵਿਦਿਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਸਮ ਬਾਣੀ ਦੀ ਸੰਥਿਆ ਗੁਰ ਇਤਿਹਾਸ ਤੁਹਾਡੇ ਬੱਚਿਆਂ ਨੂੰ ਸਿਖਾਇਆ ਜਾਂਦਾ ਹੈ دنیਿਆਵੀ ਵਿਦਿਆ ਚਾਹੀਦੀ ਆ ਹਾਸਲ ਹੁੰਦੀ ਹੈ ਚਾਹੇ ਬ੍ਰਹਮ ਦੀ ਹੈ ਚਾਹੇ ਦੁਨਿਆਵੀ ਹੈ ਤੇ ਜਿਸ ਨੂੰ ਵਿਦਿਆ ਹਾਸਲ ਹੋ ਗਈ ਜੇ ਬ੍ਰਹਮ ਵਿਦਿਆ ਹਾਸਲ ਹੈ ਸੰਤ ਬਣੇਗਾ ਮਾਣ ਹਾਸਲ ਕਰੇਗਾ ਦੁਨਿਆਵੀ ਵਿਦਿਆ ਹਾਸਲ ਹੈ ਕੋਈ ਵੱਡਾ ਅਫਸਰ ਬਣੇਗਾ ਤੇ ਫਿਰ ਵੀ ਮਾਣ ਪਾਵੇਗਾ ਸੋ ਗੁਰੂ ਤੋਂ ਬਿਨਾ ਇਹ ਕਿਰਪਾ ਹੋ ਨਹੀਂ ਸਕਦੀ ਗੁਰੂ ਪ੍ਰਸਾਦ ਤੋਂ ਬਿਨਾ ਇਹ ਖੇਡ ਚੱਲ ਨਹੀਂ ਸਕਦੀ ਐਸੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਅੱਛਾ ਜੇ ਮੈਂ ਦੁਨਿਆਵੀ ਗਿਆਨ ਵਾਲਾ ਆਵਾਂ ਤੇ ਉਹਦੇ ਵਰਗਾ ਕਲਮ ਦਾ ਧਨੀ ਵੀ ਕੋਈ ਨਹੀਂ ਹੈ ਗੁਰੂ ਗੋਬਿੰਦ ਸਿੰਘ ਵਰਗਾ ਵਿਦਵਾਨ ਵੀ ਕੋਈ ਨਹੀਂ ਹੈ ਵਿਦਿਆ ਦੇ ਸਾਗਰ ਸਨ ਵਿਦਿਆ ਦੇ ਭੰਡਾਰ ਸਨ ਅਕਾਲ ਪੁਰਖ ਦੇ ਸਰਗੁਣ ਸਰੂਪ ਸਨ ਵੇਖੋ ਅਰਦਾਸ ਉਹਦੇ ਅੱਗੇ ਹੀ ਕਰੋਗੇ ਜਿਹੜਾ ਆਪ ਮਹਾਨ ਹੈ ਹੁਣ ਤੁਸੀਂ ਆਖੋ ਵੀ ਇੱਕ ਟੀਚਰ ਬੱਚਿਆਂ ਨੂੰ ਪੜ੍ਹਾਵੇ ਆਪ ਉਹਨੂੰ ਊੜਾ ੜਾ ਨਹੀਂ ਆਉਂਦਾ ਤੇ ਕੀ ਪੜ੍ਹਾਵੇਗਾ ਤੁਹਾਨੂੰ ਗੁਰੂ ਗੋਬਿੰਦ ਸਿੰਘ ਦੀ ਕਲਮ ਵੱਲ ਧਿਆਨ ਦਿਓ ਕੈਸੀ ਪਰਜ਼ੋਰ ਚੱਲਦੀ ਐਵੇਂ ਨਹੀਂ ਉਹਦੇ ਅੱਗੇ ਆਪਾਂ ਤਰਲੇ ਕਰਦੇ ਵੀ ਸਾਡੀ ਝੋਲੀ ਵੀ ਕੋਈ ਇਲਮ ਪਾ ਦੇ ਕੋਈ ਵਿਦਿਆ ਦਾ ਗਿਆਨ ਬਖਸ਼ ਦੇ ਕਿਉਂਕਿ ਤੇਰੇ ਵਰਗੀ ਪਰਜ਼ੋਰ ਕਲਮ ਕੋਈ ਚਲਾ ਨਹੀਂ ਸਕਦਾ ਗੁਰ ਪਰਮੇਸ਼ਰ ਹੈ ਵੀ ਹੋਗ ਤੂੰ ਖੁਦਾਇਆ ਹੈ ਤੂੰ ਸਭ ਵਿਦਿਆਵਾ ilm ਬਖਸ਼ਣ ਵਾਲਾ ਹੈ ਜਦੋਂ ਜਾਪ ਸਾਹਿਬ ਤੁਸੀਂ ਪੜ੍ਹਦੇ ਹੋ ਨਾ ਉਹਦੇ ਚ ਕਲਮ ਦੀ ਵਡਿਆਈ ਵੇਖਿਓ ਉਹਦੀ ਕਲਮ ਦੀ ਅਜ਼ਮਤ ਵੇਖਿਓ ਦਾਸ ਨੇ ਸ਼ੁਰੂ ਚ ਮੰਗਲ ਪੜਿਆ ਸੀ ਗੁਜ਼ਾਰਿੰਦੇ ਕਾਰੇ ਆਲਮ ਕਬੀਰ ਸ਼ਨਾ ਸਿੰਦੇ ilm-ਏ-ਆਲਮ امیر ਖੁਦਾ ਕਬੀਰ ਕਬੀਰ ਤੋਂ ਭਾਵ ਕਬੀਰ ਭਗਤ ਨਹੀਂ ਉਹ ਮਹਾਪੁਰਸ਼ ਹੋਏ ਨੇ ਇਥੇ ਕਬੀਰ ਤੋਂ ਭਾਵ ਹੈ ਜਿਹਦੇ ਦਾਇਰੇ ਦਾ ਅੰਤ ਨਹੀਂ ਹੈ ਉਹ ਜੋ ਅਕਾਲ ਪੁਰਖ ਹੈ ਸ਼ਨਾ ਸਿੰਧੇ ਇਲਮ-ਏ-ਆਲਮ ਅਮੀਰ ਇਤਨਾ ਅਮੀਰ ਹੈ ਉਹਦਾ ਵਿਰਸਾ ਖਜ਼ਾਨਾ ਉਹਦੇ ਕੋਲ ਹਰ ਪ੍ਰਕਾਰ ਦਾ ਇਲਮ ਤੇ ਭਾਸ਼ਾ ਰਹਿੰਦੀ ਹੈ ਉਸਨੇ ਹੀ ਸਭ ਭਾਸ਼ਾ ਪੈਦਾ ਕੀਤੀਆਂ ਨੇ ਕਲ ਵੀ ਦਾਸ ਨੇ ਇੱਕ ਸ਼ੇਰ ਪੜਿਆ ਸੀ ਸ਼ਨਾ ਸਿੰਧੇ ਇਲਮ-ਏ-ਆਲਮ ਖੁਦਾਏ ਹਰ ਇਲਮ ਨੂੰ ਪ੍ਰਗਟ ਕਰਨ ਵਾਲਾ ਪ੍ਰਮਾਤਮਾ ਹੈ ਉਹੀ ਗੁਰੂ ਗੋਬਿੰਦ ਸਿੰਘ ਬਣ ਕੇ ਦੁਨੀਆ ਤੇ ਆਇਆ ਤੁਹਾਨੂੰ ਮਾਨ ਹੋਣਾ ਚਾਹੀਦਾ ਹੈ ਬਈ ਦੁਨੀਆ ਦੇ ਜਿਤਨੇ ਵੀ ਰਹਿਬਰ ਮਹਾਪੁਰਸ਼ ਗੁਰੂ ਪੀਰ ਹੋਏ ਗੁਰੂ ਗੋਬਿੰਦ ਸਿੰਘ ਨਾਲੋਂ ਵੱਡਾ ਵਿਦਵਾਨ ਰੂਹੇ ਜ਼ਮੀਨ ਨੇ ਪੈਦਾ ਨਹੀਂ ਕੀਤਾ ਨਾ ਪੈਦਾ ਹੋ ਸਕਦਾ ਹੈ ਉਹਦਾ ਇੱਕ ਕਾਰਨ ਇਹ ਵੀ ਹੈ ਗੁਰੂ ਗੋਪਾਲ ਗੁਰੂ गोविंदਾ ਗੁਰਦਿਆਲ ਸਦਾ ਬਖਸ਼ਿੰਦਾ ਕਿਉਂਕਿ ਜਿਤਨੇ ਪੀਰ ਮਹਾਪੁਰਸ਼ਾਇਓ ਕਾਲਪੁਰਖ ਦੇ ਭੇਜੇ ਪਿਆਰੇ ਆਏ ਗੁਰੂ ਗੋਬਿੰਦ ਸਿੰਘ ਆਪ ਖੁਦ ਖੁਦਾ ਪ੍ਰਗਟ ਹੋਇਆ